ਈ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਹੁਣੇ-ਹੁਣੇ ਸਿੱਧੂ ਨੇ ਮੁੱਖ ਮੰਤਰੀ ਬਣਾਉਣ ਬਾਰੇ ਬੋਲ ਪਿਆ ਚੰਨੀ ਕਹਾ ਕੁਝ ਜਿਹਾ ਹੋਗੀ ਚਰਚਾ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਹੱਦ ਤਵਾਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚ ਹੈ ਤੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਪੰਜਾਬ ਦੇ ਸੀਐਮ ਚੰਦੀ ਸਿੰਘ ਚੰਨੀ ਨੇ ਕਿਹਾ ਹੈ ਕਿ ਜੇ ਸੁਭਾ ਕਾਂਗਰਸ ਪ੍ਰਧਾਨ ਨਜੂ ਸਿੰਘ ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਤਾਂ ਇਸ ਤੇ ਮਾੜਾ ਕੀ ਹੈ। ਉਹੀ ਚੈਨਲ ਦੇ ਪ੍ਰੋਗਰਾਮਾਂ 'ਚ ਉਹ ਸਵਾਲ ਦਾ ਜਵਾਬ ਦੇ ਰਹੇ ਹਨ ਜਿੱਥੇ ਉਹਨਾਂ ਤੋਂ ਪੁੱਛਿਆ ਗਿਆ ਹੈ ਕਿ ਉਹਨਾਂ ਨੂੰ ਸਿੱਧੀ ਸਿੱਧੂ ਸਿਆਮ ਦੇ ਤੌਰ ਤੇ ਮਨਜ਼ੂਰ ਨੇ ਜਵਾਬ ਚ ਸੀਐਮ ਚੰਨੀ ਕਹਿੰਦੇ ਨਜੂ ਸਿੰਘ ਸਿੱਧੂ ਸਾਡੇ ਪ੍ਰਧਾਨ ਨੇ ਪ੍ਰਧਾਨ ਨੇ ਪਾਰਟੀ ਦੀ ਲਾਈਨ ਤੇ ਕੰਮ ਕਰਨਾ ਹੁੰਦਾ ਹੈ। ਜਦ ਪਾਰਟੀ ਪ੍ਰਧਾਨ ਕੁਝ ਕਹਿੰਦੇ ਨੇ ਤਾਂ ਉਸ ਲਾਈਨ ਤੇ ਕੰਮ ਕਰਦੇ ਹਨ। ਜਦ ਕੁਝ ਰਹਿ ਜਾਵੇ ਤਾਂ ਫਿਰ ਕਹਿੰਦੇ ਆ ਅਸੀਂ ਫਿਰ ਕਰਨ ਲੱਗ ਜਾਨੇ ਹਾਂ ਇਸ ਤਰ੍ਹਾਂ ਦੀ ਆਲੋਚਨਾ ਕਾਫੀ ਜ਼ਰੂਰੀ ਹੈ ਕੋਈ ਵੀ ਵਿਅਕਤੀ ਜੋ ਰਾਜਨੀਤੀ ਚਾਹੇ ਨੇ ਉਹਨਾਂ ਦੀ ਸੋਚ ਹੁੰਦੀ ਹੈ ਅੱਗੇ ਵਧਣ ਦੀ ਚੋਣਾ ਚ ਜਨਤਾ ਪਾਰਟੀ ਹਾਈਕ ਮੰਨ ਦੇ ਵਿਧਾਇਕਤਿਆ ਕਰਨਗੇ ਕਿ ਕੌਣ ਸੀਐਮ ਬਣੇਗਾ ਉਸ ਤੋਂ ਪਹਿਲਾਂ ਚੈਨਲ ਦੇ ਮੰਚ ਤੇ ਸੀਐਮ ਜੰਦੀ ਸਿੰਘ ਚੰਨੀ ਦਾ ਪੰਜਾਬ ਸਟਾਈਲ ਤੇ ਸਵਾਗਤ ਕੀਤਾ ਗਿਆ ਇਸ ਦੌਰਾਨ ਚੰਨੀ ਨੇ ਖੂਬ ਪੰਗੜਾ ਪਾਇਆ ਰਾਹੁਲ ਨੇ ਪੁੱਛਿਆ ਸੀ ਕਿ ਸੀਐਮ ਬਣੋਗੇ ਸਰੋਪੇਸਨ ਚੰਨੀ ਚੰਨੀ ਦੇ ਇੰਟਰਵਿਊ ਵਿੱਚ ਦੱਸਿਆ ਹੈ ਕਿ ਉਹ ਸੀਐਮ ਕਿਵੇਂ ਬਣੇ ਉਹਨਾਂ ਨੇ ਦੱਸਿਆ ਕਿ ਜਦੋਂ ਬੈਟਕ ਚੰਡੀਗੜ੍ਹ ਪਹੁੰਚੇ ਤਾਂ ਰਾਹੁਲ ਗਾਂਧੀ ਨੇ ਮੈਨੂੰ ਪੁੱਛਿਆ ਕਿ ਤੁਸੀਂ ਸੀਐਮ ਆਪ ਬਣੋਗੇ ਉਹਨਾਂ ਦੇ ਸਵਾਲ ਤੇ ਮੈਨੂੰ ਰੋਣਾ ਆ ਗਿਆ ਇਸ ਲਈ ਰਾਹੁਲ ਨੇ ਕਿਹਾ ਕਿ ਮੈਂ ਸੋਚ ਕੇ ਕਹਿ ਰਿਹਾ ਕਿ ਤੁਸੀਂ ਹੀ ਸੀਐਮ ਬਣੋਗੇ ਖਬਰੋਲਾਸ ਤੱਕ ਦੇਖ ਲਓ